हाँ देखो गुरुद्वारा साहब के उपर का नज़ारा हूँ तुम तो देख सकते हो गुरुद्वारा साहब की मेन बिल्डिंग हूँ नवे कमरे बनते पे ने तकरीबन जिस हिसाब का काम चलता पे 6-7 महीने तक तैयार हो जाने ने। ठीक है ये भी सारे ये पब्लिक वास्ते बाथरूम बने ने। ए बिल्डिंग पार्ली नाल दी बिल्डिंग दोनों सराह बनी हुई ने। गुरुद्वारा साहब काफ़ी खुली जगह पर बनया हुआ बाकी तुहानू बाहर दा नज़ारा दिखाते हैं। गुरद्वारा साहब एक टापू ते स्थित है जिवें ओखा तो यह तकरीबन 1 या 2 माइल तो होगा। ओखा रेलवे स्टेशन तो यह जट्टी फेरी तक आने लई जस्ट 5 तो 10 मिनट का रस्ता है। आटो वाला 50 रुपये लेके आ जाता। इस फेरी बोट जट्टी तो असी एक बोट ते बैठ के असी उस टापू वल जावांगे। जिवें तुसीं देख रहे हो कि असी इस बोट दे विच बैठ गए हैं तो तकरीबन 10 तो 15 मिनट का टाइम लगेगा सानू इस किनारे तो उस किनारे तक जाने वास्ते। हजे तक होर कोई रस्ता बनया नहीं होया, पुल का काम चलता पाया जिवें तुसीं पिछे देख रहे हो तो तकरीबन टाइम लगेगा बनने। उदों तक इत्थे बोट दे राही सारे आते जाते रहते हैं। इस गुरद्वारा साहब कदों तो स्थित है ये तुहानू ऑनलाइन टाइम अस दसागे। ਤੁਹਾਨੂੰ ਪਰ ਬਾਹਰ ਦੀ ਪਰਿਕਰਮਾ ਦਿਖਾਉਂਦੇ ਆ। ਹਵਾ ਬਹੁਤ ਵਧੀਆ ਚੱਲਦੀ ਪਈ ਇੱਥੇ। ਇਹ ਨਵੀਂ ਬਿਲਡਿੰਗ ਬਣਦੀ ਪਈ, ਨਵੀਂ ਇਮਾਰਤ, ਦੀਵਾਨ ਹਾਲ ਬਣਦਾ ਪਿਆ। ਲੱਗੂਗਾ ਟਾਈਮ ਤਕਰੀਬਨ 1 ਸਾਲ ਤੱਕ ਬਣ ਹੀ ਜਾਣਗੇ। ਬਾਬਾ ਜੀ ਕਹਿੰਦੇ ਨੇ 1 ਸਾਲ ਲੱਗ ਜਾਊਗਾ। ਬਹੁਤ ਸੋਹਣਾ ਏਰੀਆ 'ਚ ਗੁਰਦੁਆਰਾ ਸਾਹਿਬ ਬਣਿਆ ਹੋਇਆ, ਪਰ ਆਪਣੇ ਪੰਜਾਬ ਦੇ ਸਿੱਖਾਂ ਨੂੰ ਕਈਆਂ ਨੂੰ ਪਤਾ ਹੀ ਨਹੀਂ ਹੈਗਾ। ਉਹ ਇੱਥੇ ਬਾਕੀ ਦੇ ਮੰਦਰ ਨੇ। ਹੁਣ ਦੁਆਰਕਾ ਏਰੀਆ ਹੈਗਾ ਅਤੇ ਇੱਥੇ ਮੰਦਰ, ਛੋਟੇ ਛੋਟੇ ਮੰਦਰ ਬਹੁਤ ਨੇ। ਅਤੇ ਲੰਗਰ ਹਾਲ, ਉੱਧਰ ਲੰਗਰ ਹਾਲ ਅਤੇ ਪ੍ਰਸ਼ਾਦੇ ਵਗੈਰਾ ਬਣਦੇ ਨੇ, ਇੱਧਰ ਛਕਾਇਆ ਜਾਂਦਾ। ਸਫਾਈ ਹੁੰਦੀ ਪਈ ਹੈ ਸ਼ਾਮ ਨੂੰ। ਚਲੋ ਆਓ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦਾ ਨਜ਼ਾਰਾ ਦਿਖਾਉਂਦੇ ਹਾਂ। ਆਹ ਗੁਰਦੁਆਰਾ ਸਾਹਿਬ ਦੀ ਮੇਨ ਦਰਬਾਰ ਸਾਹਿਬ ਦੀ ਐਂਟਰੀ ਹੈ ਅਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਇੱਥੇ ਗੁਰੂ ਘਰ ਦੇ ਸੇਵਕ ਨੇ ਗ੍ਰੰਥੀ ਜੀ, ਉਹਨਾਂ ਨੇ ਰੇਰਾ ਸਾਹਿਬ ਦਾ ਟਾਈਮ ਹੋਇਆ ਅਤੇ ਪਾਠ ਕਰਨ ਦੀ ਤਿਆਰੀ ਕਰਦੇ ਪਏ ਨੇ। ਇਸ ਗੁਰਦੁਆਰਾ ਸਾਹਿਬ 'ਚ ਰਿਹਾਇਸ਼ ਵਾਸਤੇ ਵੀ ਰੂਮ ਬਣੇ ਹੋਏ ਨੇ, ਕਮਰੇ ਬਣੇ ਨੇ, ਤਕਰੀਬਨ 7 ਕਮਰੇ ਨੇ। ਫਸਟ, ਸੈਕਿੰਡ, ਥਰਡ,
4 5 ਐਂਡ 6 7 ਤੇ ਹਰ ਰੂਮ 'ਚ ਤਕਰੀਬਨ ਦੋ ਦੋ ਬੈੱਡ ਨੇ ਅਤੇ ਜਿਹੜੇ ਰੂਮ 'ਚ ਅਸੀਂ ਰੁਕੇ ਹੋਏ ਹਾਂ ਉਹ 'ਚ ਚਾਰ ਬੈੱਡ ਲੱਗੇ ਹੋਏ ਨੇ ਪਹਿਲਾਂ ਹੀ ਲੱਗੇ ਹੋਏ ਸੀ ਤੁਹਾਨੂੰ ਰੂਮ ਦੇ ਅੰਦਰ ਦਿਖਾਉਂਦੇ ਹਾਂ ਕਿ ਕਿੱਦਾਂ ਦੀ ਫੈਸਿਲਿਟੀ ਹੈਗੀ ਕਮਰੇ ਬੜੇ ਸਾਫ਼ ਨੇ ਸਾਫ਼ ਸੁਥਰੇ ਨੇ ਬੈੱਡ ਵੀ ਸਿੰਪਲ ਨੇ ਚਾਰ ਇਹ ਕੋਈ ਹੋਟਲ ਦਾ ਰੂਮ ਨਹੀਂ ਹੈਗਾ ਇੱਕ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਅਤੇ ਗੁਰਦੁਆਰਾ ਸਾਹਿਬ ਦੇ ਕਮਰੇ ਨੇ ਇਹ 'ਚ ਕੋਈ ਟੀ ਵੀ ਇੰਟਰਟੇਨਮੈਂਟ ਵਾਸਤੇ ਕੁਛ ਨਹੀਂ ਹੁੰਦਾ ਅਤੇ ਹੋਣਾ ਵੀ ਨਹੀਂ ਚਾਹੀਦਾ ਗੁਰਦੁਆਰਾ ਸਾਹਿਬ 'ਚ ਤਾਂ ਇਹ ਸਹੀ ਨਹੀਂ ਹੁੰਦਾ ਅਤੇ ਵੈਂਟੀਲੇਸ਼ਨ ਵਾਸਤੇ ਵਿੰਡੋਜ਼ ਨੇ ਅਤੇ ਬਹੁਤ ਹੀ ਨੋਰਮਲ ਇੱਥੇ ਟੈਂਪਰੇਚਰ ਰਹਿੰਦਾ ਕੋਈ ਗਰਮੀ ਨਹੀਂ ਲੱਗਦੀ ਵੀ ਬਾਹਰ ਬੇਸ਼ੱਕ ਧੁੱਪ ਵਾ ਪਰ ਇੱਥੇ ਸਾਨੂੰ ਪਸੀਨਾ ਨਹੀਂ ਆਉਂਦਾ ਪਿਆ ਅਤੇ ਇੰਨੀ ਕਈ ਵਾਰ ਤਾਂ ਇਹੋ ਜਿਹਾ ਮੌਸਮ ਹੋ ਜਾਂਦਾ ਕਿ ਠੰਡਾ ਰਾਤ ਨੂੰ ਹੋ ਜਾਵੇ ਅਤੇ ਕੰਬਲ ਵੀ ਰੱਖੇ ਹੋਏ ਨੇ ਉਹਨਾਂ ਵਾਸਤੇ ਅਤੇ ਇਸ ਚੀਜ਼ ਪਿੱਛੇ ਕੋਈ ਘਬਰਾਉਣ ਦੀ ਲੋੜ ਨਹੀਂ ਠੀਕ ਹੈ ਜਿਹੜਾ ਬਾਥਰੂਮ ਹੈ ਇਹ ਵੀ ਅਟੈਚ ਬਾਥਰੂਮ ਨੇ ਅਤੇ ਮੈਨੂੰ ਤਾਂ ਸਹੀ ਲੱਗਿਆ ਸੀਗਾ ਅਤੇ ਗੀਜ਼ਰ ਵੀ ਲੱਗਿਆ ਜੇ ਸਰਦੀਆਂ 'ਚ ਕੋਈ ਆਵੇ ਅਤੇ ਟੋਇਲਟ ਵੀ ਵੈਸਟਰਨ ਸਟਾਈਲ ਆ ਅਤੇ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਗੁਰਦੁਆਰਾ ਸਾਹਿਬ 'ਚ ਜੋ ਰਿਹਾਇਸ਼ ਆ ਉਹ ਵੀ ਕਾਫੀ ਵਧੀਆ ਆ ਅਤੇ ਇਸ ਲਈ ਬੇਫਿਕਰ ਹੋ ਕੇ ਆਵੇ ਸੰਗਤ ਇੱਥੇ ਅਤੇ ਗੁਰਦੁਆਰਾ ਸਾਹਿਬ 'ਚ ਰਿਹਾਇਸ਼ ਵਾਸਤੇ ਪੂਰੇ ਪ੍ਰਬੰਧ ਨੇ ਬਣੀਆਂ ਹੋਈਆਂ ਨੇ ਗੁਰਦੁਆਰਾ ਸਾਹਿਬ ਕਾਫੀ ਖੁੱਲ੍ਹੀ ਜਗ੍ਹਾ 'ਤੇ ਬਣਿਆ ਹੋਇਆ ਬਾਕੀ ਤੁਹਾਨੂੰ ਬਾਹਰਲਾ ਨਜ਼ਾਰਾ ਦਿਖਾਉਂਦੇ ਹਾਂ ਬੇਟ ਦੁਆਰਕਾ ਦਾ ਉਹ ਪਿੱਛੇ ਪਿੱਛੇ ਸਮੁੰਦਰ ਦਾ ਨਜ਼ਰ ਆ ਰਿਹਾ ਉਹ ਉੱਥੇ ਸ਼ਿਪ ਖੜ੍ਹੇ ਹੋਏ ਨੇ ਠੀਕ ਹੈ ਆਹ ਬੇਟ ਦੁਆਰਕਾ ਨਗਰੀ ਆ ਅਤੇ ਇਸ ਏਰੀਏ 'ਚ ਮੰਦਰ ਤਾਂ ਹਰ ਜਗ੍ਹਾ 'ਤੇ ਨੇ ਇੱਕ ਆਹ ਮੰਦਰ ਨਾਲ ਆ ਇਸ ਏਰੀਏ 'ਚ ਮੰਦਰ ਹੈਗੇ ਨੇ ਜਿਹੜਾ ਮੇਨ ਮੰਦਰ ਹੈਗਾ ਬੇਟ ਦੁਆਰਕਾ ਦਾ ਇਹ ਤਲਾਬ ਹੈਗਾ ਇਹਦੇ ਬੈਕ ਸਾਈਡ 'ਤੇ ਪੈਂਦੇ ਨੇ ਅਤੇ ਆਹ ਸਾਰਾ ਇੱਥੇ ਛੋਟੀ ਮੋਟੀ ਇਹਨਾਂ ਦੇ ਜੰਗਲ ਵਾਲਾ ਏਰੀਆ ਛੋਟੇ ਮੋਟੇ ਪਿੰਡ ਵਸੇ ਨੇ ਆਹ ਵੀ ਇੱਕ ਛੋਟਾ ਜਿਹਾ ਗਾਉਂ ਵਸਿਆ ਹੋਇਆ ਠੀਕ ਹੈ ਇੱਥੇ ਜ਼ਿਆਦਾ ਪਬਲਿਕ ਨਹੀਂ ਹੈਗੀ ਅਤੇ ਪਿੱਛੇ ਦੇਖੋ ਕਿੱਦਾਂ ਸਮੁੰਦਰ ਓਪਨ ਖੁੱਲ੍ਹਾ ਆਸਮਾਨ ਪੂਰਾ ਨੀਲਾ ਕਿੰਨਾ ਖੂਬਸੂਰਤ ਨਜ਼ਾਰਾ ਨਜ਼ਰ ਆ ਰਿਹਾ ਤੁਹਾਨੂੰ ਠੀਕ ਹੈ ਸਾਡੀ ਖੁਸ਼ਕਿਸਮਤੀ ਆ ਆਪਾਂ ਇੱਥੇ ਆਏ ਦੇਖਿਆ ਉਹ ਜਿਹੜੀ ਫੈਕਟਰੀ ਹੈਗੀ ਆ ਤਕਰੀਬਨ ਇੱਥੋਂ ਦੀ ਤੁਹਾਨੂੰ ਸ਼ਾਇਦ ਨਜ਼ਰ ਨਾ ਆਵੇ ਪਰ ਮੈਨੂੰ ਨਜ਼ਰ ਆ ਰਹੀ ਹੈ ਕੋਸ਼ਿਸ਼ ਕਰਦਾ ਤਾਂ ਦਿਖਾਉਂਦੇ ਉਹ ਵਾਲੀ ਫੈਕਟਰੀ ਇੱਥੋਂ 15-20 ਕਿਲੋਮੀਟਰ ਦੂਰ ਆ ਤਕਰੀਬਨ ਮਿੱਠਾਪੁਰ ਏਰੀਆ ਕਹਿੰਦੇ ਆ ਅਤੇ ਆਹ ਬ੍ਰਿਜ ਦਾ ਕੰਮ ਚੱਲਦਾ ਪਿਆ ਵਾ ਆ ਬ੍ਰਿਜ ਬਣਦਾ ਪਿਆ ਜਦੋਂ ਇਹ ਬ੍ਰਿਜ ਬਣ ਗਿਆ ਇਹਦੇ ਇਹ ਆਈਲੈਂਡ ਆਉਣ ਵਾਸਤੇ ਕਨੈਕਟੀਵਿਟੀ ਖੁੱਲ੍ਹ ਜਾਣੀ ਆ ਜਦੋਂ ਆਈਲੈਂਡ 'ਤੇ ਕਨੈਕਟੀਵਿਟੀ ਖੁੱਲ੍ਹ ਗਈ ਹੋ ਸਕਦਾ ਕਿ ਪਬਲਿਕ ਸਿੱਧੀ ਆਪਣੇ ਕਨਵੈਂਸ ਗੱਡੀਆਂ ਬੱਸਾਂ ਰਾਹੀਂ ਇੱਧਰ ਆ ਸਕਦੀ ਹੋਵੇ ਠੀਕ ਹੈ ਅਤੇ ਫਿਲਹਾਲ ਤਾਂ ਹੁਣ ਇੱਥੇ ਜਿਹੜਾ ਉਹ ਕੁਆਟਰ ਤੁਹਾਨੂੰ ਨਜ਼ਰ ਆ ਰਹੇ ਨੇ ਉਹ ਜਿਹੜੀ ਬਿਲਡਿੰਗ ਹੈਗੀ ਉੱਥੋਂ ਦੀ ਬੋਟ ਇੱਧਰ ਨੂੰ ਆਉਂਦੀ ਆ ਆਈਲੈਂਡ ਆਉਣ ਵਾਸਤੇ ਗੁਰਦੁਆਰਾ ਸਾਹਿਬ ਦੀ ਪਾਣੀ ਦੀ ਟੈਂਕੀ 'ਤੇ ਚੜ੍ਹੇ ਹਾਂ ਆਪਾਂ ਇੱਥੇ ਤੁਹਾਨੂੰ ਪੂਰਾ ਦਾ ਪੂਰਾ ਦ੍ਰਿਸ਼ ਨਜ਼ਰ ਆ ਰਿਹਾ ਵਾ ਤੁਹਾਨੂੰ ਮੈਂ ਹੁਣ ਜਦੋਂ ਆਪਾਂ ਥੱਲੇ ਜਾਵਾਂਗੇ ਨਾ ਤੁਹਾਨੂੰ ਮੈਂ ਇੱਕ ਦਿਖਾਊਂਗਾ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਤੁਹਾਡਾ ਨਜ਼ਰ ਆ ਰਹੀ ਹੈ ਨਾ ਇਹਦੇ ਬੈਕ ਸਾਈਡ 'ਤੇ ਭਾਈ ਮੋਕਮ ਸਿੰਘ ਜੀ ਦਾ ਆਪਣਾ ਜੱਦੀ ਘਰ ਵੀ ਹੈਗਾ ਪਿੱਛੇ ਅਤੇ ਉਹ ਮੰਨ ਲਓ ਤਕਰੀਬਨ 350 ਸਾਲ ਤੋਂ ਹੀ ਪਿੱਛੇ ਹੈ ਬਣਿਆ ਹੋਇਆ ਅਤੇ ਸੋਚ ਲਓ ਜਦੋਂ 1676-79 ਦੇ ਲਾਗੇ ਛਾਗੇ ਉਹਨਾਂ ਦਾ ਜਨਮ ਹੋਇਆ ਸੀ ਅਤੇ ਉਸ ਤੋਂ ਲੈ ਕੇ ਹੁਣ ਤੱਕ ਦਾ ਇਹਦੀ ਸਾਂਭ ਸੰਭਾਲ ਕਿੱਦਾਂ ਹੋਈ ਇਹ ਇਮਾਰਤ ਅਜੇ ਬੰਦ ਹੀ ਆ ਕਿਉਂਕਿ ਇਸ ਗੁਰਦੁਆਰਾ ਸਾਹਿਬ 'ਚ ਆ ਜਿਹੜਾ ਲੰਗਰ ਹਾਲ ਆ ਲੰਗਰ ਹਾਲ ਦੀ ਐਂਟਰੀ ਇੱਧਰੋਂ ਪੈਂਦੀ ਆ ਅਤੇ ਇਹ ਐਂਟਰੀ ਤੋਂ ਅੰਦਰ ਦਰਵਾਜ਼ਾ ਤੁਸੀਂ ਦੇਖ ਸਕਦੇ ਹੋਵੋਗੇ ਉਹ ਦਰਵਾਜ਼ੇ ਥਾਣੀ ਕੀ ਹੈ ਉੱਥੇ ਰਾਸ਼ਨ ਪਾਣੀ ਰੱਖਿਆ ਅਤੇ ਬਾਬਾ ਜੀ ਕਹਿੰਦੇ ਆਪਾਂ ਸ਼ਾਮ ਨੂੰ ਇਹਨਾਂ ਨੂੰ ਖੋਲ੍ਹਾਂਗੇ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਬਹੁਤ ਹੀ ਇਹ ਵਾਲਾ ਏਰੀਆ ਬਹੁਤ ਪੁਰਾਣਾ ਵਾ ਇਹ ਤਕਰੀਬਨ ਜਦੋਂ ਗੁਰਦੁਆਰਾ ਸਾਹਿਬ ਬਣਿਆ ਉਦੋਂ ਦਾ ਅਤੇ ਆਹ ਜਿਹੜਾ ਗੁਰਦੁਆਰਾ ਸਾਹਿਬ 'ਚ ਆਹ ਵਾਲੀ ਇਮਾਰਤ ਆ ਮੇਨ ਦਰਬਾਰ ਦੇ ਪਿੱਛੇ ਪੈਂਦਾ ਆਹ ਮੇਨ ਦਰਬਾਰ ਆ ਮੇਨ ਦਰਬਾਰ ਦੇ ਪਿੱਛੇ ਬਿਲਕੁਲ ਗੁਰਦੁਆਰਾ ਸਾਹਿਬ ਦੀ ਭਾਈ ਮੋਕਮ ਸਿੰਘ ਦੀ ਰਿਹਾਇਸ਼ ਜਿਹੜੀ ਪੁਰਾਣੀ ਆਨੰਦ ਘਰ ਦੀ ਇਮਾਰਤ ਆ ਉਹ ਪਿੱਛੇ ਤੁਹਾਨੂੰ ਨਜ਼ਰ ਆ ਰਹੀ ਆ ਗੁਰਦੁਆਰਾ ਸਾਹਿਬ 'ਚ ਲੰਗਰ ਦੀ ਪੂਰੀ ਵਿਵਸਥਾ ਆ ਜਿਹੜੇ ਇੱਥੇ ਸੇਵਾਦਾਰ ਨੇ ਤੁਸੀਂ ਉਹਨਾਂ ਨੂੰ ਪੁੱਛ ਵੀ ਸਕਦੇ ਹੋ ਕਿ ਸਿੰਘ ਸਾਹਿਬ ਕੋਈ ਪ੍ਰਸ਼ਾਦਾ ਪਾਣੀ ਬਣਿਆ
ਜਾਂ ਫਿਰ ਉਹ ਆਪ ਹੀ ਦੱਸ ਦਿੰਦੇ ਨੇ ਕਿ ਪ੍ਰਸ਼ਾਦਾ ਤਿਆਰ ਆ, ਆ ਕੇ ਛਕ ਲਓ। ਇਸ ਲਈ ਬੇਫਿਕਰ ਹੋ ਕੇ ਜਾਓ ਕਿ ਉੱਥੇ ਕੁਛ ਮਿਲੂਗਾ ਨਹੀਂ ਖਾਣ ਪੀਣ ਨੂੰ, ਕਿ ਬੇਟ ਦੁਆਰਕ ਏਰੀਆ ਅਤੇ ਹੋਟਲ ਹੈ ਨਹੀਂ ਜਾਂ ਕਿੱਦਾਂ ਤੁਹਾਨੂੰ ਰਹਿਣਾ ਹੋਊਗਾ। ਪਰ ਮੈਂ ਕਹਿੰਦਾ ਕਿ ਇੱਥੇ ਬਹੁਤ ਹੀ ਸਿੰਪਲ ਖਾਣਾ ਪ੍ਰਸ਼ਾਦਾ ਮਿਲੂਗਾ। ਉਹ ਤੁਸੀਂ ਪਹਿਲਾਂ ਵੀਡੀਓ ਦੇਖੀ ਸੀ ਦੁਪਹਿਰ ਦੀ ਸੀ, ਇਹ ਸਾਡੇ ਇਹ ਰਾਤ ਦੀ ਆ। ਰਾਤ ਨੂੰ ਵੀ ਸਬਜ਼ੀ ਬਣੀ, ਚਾਵਲ, ਠੀਕ ਹੈ, ਪ੍ਰਸ਼ਾਦੇ। ਬੇਫਿਕਰ ਹੋ ਕੇ ਤੁਸੀਂ ਆ ਸਕਦੇ ਆ। ਬੱਚਿਆਂ ਵਾਸਤੇ ਵੀ ਤੁਹਾਨੂੰ ਇੱਥੇ ਦੁੱਧ ਵਗੈਰਾ ਮਿਲ ਸਕਦਾ ਵਾ। ਇਹ ਲੰਗਰ ਹਾਲ ਦੇ ਅੰਦਰ ਦਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ। ਉੱਥੇ ਚੁੱਲ੍ਹਾ ਬਣਿਆ ਹੋਇਆ, ਕੋਈ ਜਦੋਂ ਕੋਈ ਵੱਡਾ ਫੰਕਸ਼ਨ ਹੁੰਦਾ ਤਾਂ ਇੱਥੇ ਹੀ ਪ੍ਰਸ਼ਾਦਾ ਤਿਆਰ ਹੁੰਦਾ। ਬਾਬਾ ਜੀ ਹੁਣ ਚਾਹ ਦੀ ਤਿਆਰੀ ਕਰਦੇ ਪਏ ਨੇ। ਆਹ ਤੁਹਾਨੂੰ ਦੱਸਦਾ ਪਿਆ ਸੀ ਦਰਵਾਜ਼ਾ ਬਾਹਰੋਂ ਕਿ ਭਾਈ ਮੋਕਮ ਸਿੰਘ ਜੀ ਦੀ ਰਿਹਾਇਸ਼ ਦਾ ਅੰਦਰ ਦਰਵਾਜ਼ਾ, ਇੱਥੇ ਹੁਣ ਰਾਸ਼ਨ ਰੱਖਿਆ ਹੋਇਆ ਵਾ। ਤਾਂ ਮੈਂ ਅੰਦਰ ਗਿਆ ਨਹੀਂ। ਵਾਹਿਗੁਰੂ 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 ਚਲੋ ਜੀ, ਅੱਜ ਵਾਪਸੀ ਚੱਲੇ ਹਾਂ। ਉਹ ਪੁੱਲ ਬਣਦਾ ਪਿਆ ਵਾ, ਅਗਲੀ ਵਾਰ ਸਾਲ ਡੇਢ ਸਾਲ ਤੱਕ, ਸ਼ਾਇਦ 2 ਸਾਲ ਵੀ ਕਹਿੰਦੇ ਲੱਗ ਜਾਵੇ ਤਾਂ ਪੁੱਲ ਬਣ ਜੂਗਾ। ਪੁੱਲ ਬਣ ਗਿਆ ਤਾਂ ਫਿਰ ਜਿਹੜੀ ਆਹ ਬੋਟਸ ਵਿੱਚ ਪਬਲਿਕ ਆਉਂਦੀ ਆ ਉਹ ਸ਼ਾਇਦ ਸਿੱਧਾ ਪੁੱਲ ਰਾਹੀਂ ਆਇਆ ਕਰੂਗੀ। ਜਿਹੜੇ ਆਪਣੇ ਕਾਰਾ ਕੂਰਾ ਪਿੱਛੇ ਖੜ੍ਹੇ ਕਰਕੇ ਆਉਂਦੇ ਆ ਉਹ ਹੁਣ ਸਿੱਧੇ ਇੱਧਰ ਆਇਆ ਕਰਨਗੇ। ਸਾਡੀ ਵਾਪਸੀ ਆ। ਵੈਸੇ ਅੱਜ ਇੱਥੇ ਕੁਛ ਹੋ ਚੁੱਕਾ, ਮੈਂ ਦੱਸ ਨਹੀਂ ਸਕਦਾ, ਇਸ ਲਈ ਇਹ ਮਾਰਕੀਟ ਇੱਥੇ ਔਖਾ, ਬੇਟ ਦੁਆਰਕਾ ਏਰੀਆ ਬੰਦ ਅੱਜ। ਠੀਕ ਹੈ ਜੀ, ਮਿਲਦੇ ਹਾਂ। ਚਲੋ ਜੀ, ਅਸੀਂ ਵਾਪਸ ਪਹੁੰਚ ਗਏ ਔਖਾ ਦੁਆਰਕਾ ਤੋਂ। ਅਨੂਰ, ਕਿੱਦਾਂ ਦਾ ਟ੍ਰਿਪ ਸੀ? ਬੋਲੋ ਉੱਚੀ ਉੱਚੀ, ਬੋਲੋ ਅੱਗੇ ਅੱਗੇ ਦੇਖ ਤੂੰ। ਹੈਂ, ਅੱਛਾ ਹੈ, ਮਜ਼ਾ ਆਇਆ? ਕੀ ਦੇਖਿਆ ਸੀ ਉੱਥੇ? ਮਜ਼ਾ ਆਇਆ ਨਾ? ਅਗਲੀ ਵਾਰ ਦੇਖਾਂਗੇ, ਆਪਾਂ ਟਰਾਈ ਮਾਰਾਂਗੇ ਉਦੋਂ ਆਵਾਂਗੇ। ਠੀਕ ਹੈ, ਚਲੋ ਠੀਕ ਹੈ ਜੀ, ਬਾਏ ਬਾਏ, ਫਿਰ ਮਿਲਾਂਗੇ ਅਗਲੀ ਵਾਰ, ਦੇਖੋ ਕਿਤੇ ਹੋਰ ਜਾਵਾਂਗੇ। ਬਾਏ ਬਾਏ। ਵਾਹਿਗੁਰੂ।